ਵਲਾ ਵਲਾ ਜੋ ਛੋਦੇ ਬਾਲ ਕੂੰ ਕੁਟੇਂਦਾ ਪੈ। ਬਹੁ ਜੀ ਝਾੜ ਤਾਂ ਖਾ ਕੇ ਆਏ ਨੇ ਆਪਣੇ ਅਫਸਰ ਕੋਲੋਂ, ਅਤੇ ਘਰ ਆ ਕੇ ਬਾਲ ਕੂੰ ਜਾਂ ਦਾਲ ਕੂੰ ਕੁੱਟਣ ਲੱਗ ਪੈਂਦੇ ਨੇ। ਉਹਦਾ ਇਹ ਬੈਕਗਰਾਊਂਡ ਹੈ ਕਿ ਵਲਾ ਵਲਾ ਜੋ ਛੋਦੇ ਬਾਲ ਕੂੰ ਕੁਟੇਂਦਾ ਪੈ, ਇਹ ਕਈ ਦਾ ਸਾੜ ਕਈ ਬੀਏ 'ਤੇ ਕਿਉਂ ਕਢੇਂਦਾ ਪੈ, ਔਰ ਲੁਕਾ ਲੁਕਾ ਕੇ ਇਹ ਖੀਸੇ ਜੋ ਤੂੰ ਭਰੇਂਦਾ ਪੈ, ਲੁਕਾ ਲੁਕਾ ਕੇ ਇਹ ਖੀਸੇ ਜੋ ਤੂੰ ਭਰੇਂਦਾ ਪੈ, ਉਹ ਜਾਣੀ ਜਾਣੇ ਹੂੰ ਕੋਲੋਂ ਕਿ ਲੁਕੇਂਦਾ ਪੈ। ਔਰ ਇਹ ਵੀ ਦੇਖੋ ਮੰਦਰ ਇੱਕ ਅਕਸਰ ਘਰ ਦੇ ਵਿੱਚ ਆਉਂਦੇ ਕਿ ਮੂੰਹ ਵਟੇਂਦਾ ਪੈ ਅਤੇ ਕਿਆ ਰੁਸੇਵੇਂ ਲੈਂਦਾ ਪੈ। ਸਾਡੀ ਖਾਸ ਸਾਡੀ ਜ਼ੁਬਾਨ ਦਾ ਲਫਜ਼ ਹੈ ਕਿ ਆਦਮੀ ਕੋਈ ਰੂਟ ਜਾਂਦਾ ਤਾਂ ਅਸੀਂ ਕਹਿੰਦੇ ਹਾਂ ਕਿਆਂ ਰੁਸੇਵਾਂ ਲਾਈ ਬੈਠੇ, ਕਿ ਮੂੰਹ ਵਟੇਂਦਾ ਪੈ ਅਤੇ ਕਿ ਰੁਸੇਵੇਂ ਲੈਂਦਾ ਪੈ, ਜ਼ਰਾ ਜੀ ਗਾਲ ਕੂੰ ਕਿਉਂ ਖਾਮ ਖਾ ਵਧੇਂਦਾ ਪੈ। ਔਰ ਨਾ ਕੁਝ ਤਮੀਜ਼ ਨਾ ਵੱਡਿਆਂ ਦਾ ਹੈ ਹੀ ਲਿਹਾਜ਼ ਕੋਈ, ਨਾ ਕੁਝ ਤਮੀਜ਼ ਨਾ ਵੱਡਿਆਂ ਦਾ ਹੈ ਹੀ ਲਿਹਾਜ਼ ਕੋਈ, ਮੇਰੇ ਅਜ਼ੀਜ਼ ਤੂੰ ਪੜ੍ਹ ਪੜ੍ਹ ਕੇ ਮਸ ਵਜੇਂਦਾ ਪੈ। ਮਸ ਸਾਡੇ ਇਲਾਕੇ 'ਚ ਪਤਾ ਨਾ ਸਿਆਹੀ ਕੁਆਦਿਆਂ, ਜਿਹੜਾ ਆਦਮੀ ਪੜ੍ਹ ਲਿਖ ਕੇ ਵੀ ਕੁਛ ਨਹੀਂ ਸਿੱਖ ਸਕਦਾ, ਉਪਵਾਸ ਆ ਲੈ ਤੂੰ ਤਾਂ ਪੜ੍ਹ ਪੜ੍ਹ ਕੇ ਮਸ ਵਜਾਈਏ। ਨਾ ਕੁਝ ਤਮੀਜ਼ ਨਾ ਵੱਡਿਆਂ ਦਾ ਹੈ ਹੀ ਲਿਹਾਜ਼ ਕੋਈ, ਮੇਰੇ ਅਜ਼ੀਜ਼ ਨੂੰ ਪੜ੍ਹ ਪੜ੍ਹ ਕੇ ਮਸ ਵਜੇਂਦਾ ਪੈ। ਔਰ ਕਿੱਥੀ ਗਿਆ ਹੈ ਅਤੇ ਪਤਾ ਨਹੀਂ ਅੱਗੋਂ ਕਿੱਥੀ ਸੀ, ਕਿੱਥੀ ਗਿਆ ਹੈ ਅਤੇ ਪਤਾ ਨਹੀਂ ਅੱਗੋਂ ਕਿੱਥੀ ਸੀ, ਇਹ ਸੋਚ ਸੋਚ ਕੇ ਕਿਉਂ ਜਾਨ ਕੂੰ ਗੁਲੇਂਦਾ ਪੈ। ਔਰ ਜੇ ਚੰਗਾ ਕੀਤਾ ਏ ਕਈ ਨਾਲ ਭੁੱਲ ਵਾਂਜੂ ਕੂੰ, ਜੇ ਚੰਗਾ ਕੀਤਾ ਏ ਕਈ ਨਾਲ ਭੁੱਲ ਵਾਂਜੂ ਕੂੰ, ਇਹਸਾਨ ਕਰਕੇ ਹੁਣ ਉਹਨਾਂ ਕੋ ਕਿਉਂ ਚਿਤੇਂਦਾ ਪੈ। ਔਰ ਤੂੰ ਭੈੜੇ ਕੰਮ ਵੀ ਕਰੇਂਦੇ ਤਾਂ ਉੱਤੋਂ ਲੜਦੇ ਵੀ, ਤੂੰ ਭੈੜੇ ਕੰਮ ਵੀ ਕਰੇਂਦੇ ਤਾਂ ਉੱਤੋਂ ਲੜਦੇ ਵੀ, ਤੂੰ ਕਿਹਾ ਬੰਦਾ ਤੂੰ ਕਿਹਾ ਬੰਦਾ ਹੈ ਅਤੇ ਕਿਹੇ ਕੰਮ ਕਰੇਂਦਾ ਪੈ। ਔਰ ਇਹ ਸ਼ੇਰ ਦੇਖੋ ਕਿ ਇਲਾਜ ਭੈੜਿਆ ਇਹਦਾ ਜੇ ਤੂੰ ਨਹੀਂ ਕਰ ਸਕਦਾ, ਇਲਾਜ ਭੈੜਿਆ ਇਹਦਾ ਜੇ ਤੂੰ ਨਹੀਂ ਕਰ ਸਕਦਾ, ਤਾਂ ਮੇਰੇ ਫਟਤੇ ਵਾਲਾ ਲੂਣ ਕਿਉਂ ਵਟੇਂਦਾ ਪੈ। ਇਲਾਜ ਭੈੜਿਆ ਇਹਦਾ ਜੇ ਤੂੰ ਨਹੀਂ ਕਰ ਸਕਦਾ, ਤਾਂ ਮੇਰੇ ਫਟਤੇ ਵਾਲਾ ਲੂਣ ਕਿਉਂ ਘਟੇਂਦਾ ਪੈ। ਔਰ ਇਹ ਸਾਰੇ ਆਸਣੀ ਤੇਰੇ ਹੀ ਆਪਣੇ ਅੱਗੋਂ, ਇਹ ਸਾਰੇ ਆਸਣੀ ਤੇਰੇ ਹੀ ਆਪਣੇ ਅੱਗੋਂ, ਇਹ ਰੋਜ਼ ਰੋਜ਼ ਜੋ ਦੂਜਿਆਂ ਕੋ ਚੋਭੇ ਲੈਂਦਾ ਪਏ। ਔਰ ਆਖਰੀ ਮਕਤਾ ਹੈ ਕਿ ਉਜੜ ਪੁੱਜੜ ਗਈ, ਇਹ ਪਾਕਿਸਤਾਨ ਤੋਂ ਵਿਛੋੜੇ ਦਾ ਮੰਜ਼ਰ ਸਮਝ ਗਏ ਨੋ ਕਿ ਉਜੜ ਪੁੱਜੜ ਗਈ ਵਸਤੀ ਵਿਛੜ ਗਏ ਨ ਬੇਲੀ, ਉਜੜ ਪੁੱਜੜ ਗਈ ਵਸਤੀ ਵਿਛੜ ਗਏ ਨ ਬੇਲੀ, ਤੂੰ ਚਾਂਦ ਹੁਣ ਇਹਨਾਂ ਕੱਖਾਂ ਚੁੱਕੇ ਗੁਲੇਂਦਾ ਪੈ, ਤੂੰ ਚਾਂਦ ਹੁਣ ਇਹਨਾਂ ਕੱਖਾਂ ਚੁੱਕੇ ਗੁਲੇਂਦਾ ਪੈ। ਥੈਂਕ ਯੂ ਯੂ ਆਈ।